ਅੰਮ੍ਰਿਤਸਰ ਸ਼ਹਿਰ ਵਿੱਚ ਐਨਕਰੋਚਮੈਂਟ ਅਤੇ ਰੋਂਗ ਪਾਰਕਿੰਗ ਦੀ ਸਮੱਸਿਆ ਸ਼ਹਿਰ ਵਾਸੀਆਂ ਲਈ ਜੀ ਦਾ ਜੰਜਾਲ ਬਣਦੀ ਜਾ ਰਹੀ ਹੈ, ਕਿਉਂਕਿ ਅਕਸਰ ਐਨਕਰੋਚਮੈਂਟ ਅਤੇ ਰੋਂਗ ਪਾਰਕਿੰਗ ਕਰਕੇ ਆਵਾਜਾਈ ਲਈ ਬਾਜ਼ਾਰ ਤੰਗ ਹੁੰਦੇ ਜਾ ਰਹੇ ਨੇ। ਪੁਤਲੇ ਘਰ ਦਾ ਬਾਜ਼ਾਰ ਸ਼ਹਿਰ ਦਾ ਰੁਝੇਵੇਂ ਭਰਿਆ ਬਾਜ਼ਾਰ ਹੈ, ਕਿਉਂਕਿ ਇਸ ਬਾਜ਼ਾਰ ਵਿੱਚ ਜ਼ਰੂਰਤ ਦਾ ਹਰ ਸਮਾਨ ਮਿਲ ਜਾਂਦਾ ਹੈ। ਪਰ ਦੁਕਾਨਦਾਰਾਂ ਵੱਲੋਂ ਕੀਤੀ ਗਈ ਐਨਕਰੋਚਮੈਂਟ ਅਤੇ ਪੈਸੇ ਲੈ ਕੇ ਆਪਣੀਆਂ ਦੁਕਾਨਾਂ ਦੇ ਅੱਗੇ ਬਾਜ਼ਾਰ ਵਿੱਚ ਰੇੜੀਆਂ ਲਗਵਾਈਆਂ ਜਾ ਰਹੀਆਂ ਨੇ, ਜਿਸ ਕਰਕੇ ਪੁਤਲੇ ਘਰ ਦਾ ਬਾਜ਼ਾਰ ਆਵਾਜਾਈ ਵਾਸਤੇ ਤੰਗ ਸਾਬਤ ਹੋ ਰਿਹਾ ਹੈ। ਇਸ ਬਾਬਤ ਪੁਤਲੀ ਘਰ ਦੇ ਦੁਕਾਨਦਾਰਾਂ ਦੇ ਵਫਦ ਨੇ ADCP ਸਿਟੀ 2 ਲਖਬੀਰ ਸਿੰਘ ਅਤੇ ਥਾਣਾ ਕੈਂਟ ਦੇ SHO ਸੰਜੀਵ ਕੁਮਾਰ ਦੇ ਨਾਲ ਬੈਠਕ ਕੀਤੀ। ਇਸ ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ ਦੁਕਾਨਦਾਰਾਂ ਨੂੰ 2 ਦਿਨਾਂ ਦਾ ਅਲਟੀਮੇਟਮ ਦਿੱਤਾ ਜਾਵੇ ਕਿ ਉਹ ਆਪ ਹੀ ਐਨਕਰੋਚਮੈਂਟ ਨੂੰ ਹਟਾ ਲੈਣ, ਨਹੀਂ ਤਾਂ ਪੁਲਿਸ ਬਣਦੀ ਕਾਰਵਾਈ ਕਰੇਗੀ। ਬੈਠਕ ਵਿੱਚ ਡਿੰਪਲ ਅਰੋੜਾ, ਜਗਦੀਸ਼ ਕੌਸ਼ਲ, ਅਸ਼ੋਕ ਕੁਮਾਰ, ਮੁਕੇਸ਼ ਰਾਜਪੂਤ, ਇੰਦਰਜੀਤ ਠੁਕਰਾਲ ਸਮੇਤ ਕਈ ਦੁਕਾਨਦਾਰ ਮੌਜੂਦ ਸਨ। ਪੁਲਿਸ ਵੱਲੋਂ ਲਾਊਡ ਸਪੀਕਰ ਤੇ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਜਾਰੀ ਕੀਤੀ ਗਈ। ਪਹਿਲੀ ਸ਼ੁਰੂਆਤ ਐਨਕਰੋਚਮੈਂਟਾਂ ਰਿਮੂਵ ਕਰਨ ਦੇ ਸੰਬੰਧ ਵਿੱਚ ਕੀਤੀ ਹੈ। ਅਸੀਂ ਪੁਤਲੀ ਘਰ ਏਰੀਆ ਦੇ, ਪੁਤਲੀ ਘਰ ਤੋਂ ਜਿਹੜੀ ਗਵਾਲ ਮੰਡੀ ਵਾਲੀ ਰੋਡ ਆ, ਉਹਦੇ 'ਤੇ ਐਨਕਰੋਚਮੈਂਟ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਹੈਗੀ ਹੈ। ਉਹਦੀ ਪੁਤਲੀ ਘਰ ਐਸੋਸੀਏਸ਼ਨ ਮੀਟਿੰਗ, ਦੁਕਾਨਦਾਰ ਐਸੋਸੀਏਸ਼ਨ ਨਾਲ ਅਸੀਂ ਮੀਟਿੰਗ ਥਾਣੇ ਦੇ ਵਿੱਚ ਕੀਤੀ ਅਤੇ ਇਹਨਾਂ ਨੂੰ ਨਾਲ ਲਿਜਾ ਕੇ ਅਸੀਂ ਸਾਰੇ ਦੁਕਾਨਦਾਰਾਂ ਨੂੰ ਰਿਕੁਐਸਟ ਕੀਤੀ ਹੈ ਕਿ ਜਿੰਨਾ ਇਹਨਾਂ ਨੇ ਬਾਹਰ ਐਨਕਰੋਚਮੈਂਟ ਕੀਤੀ ਹੈ, ਮੈਕਸੀਮਮ ਸਮਾਨ ਜਿਹੜਾ ਬਾਹਰ ਦੁਕਾਨਾਂ 'ਤੇ ਪਿਆ ਉਹਨੂੰ ਅੰਦਰ ਰੱਖਣ, ਅਤੇ ਤਾਂ ਕਿ ਇੱਥੇ ਸਮੂਥ ਪੈਸੇਜ ਕੰਪਿਊਟਰਸ ਨੂੰ ਮਿਲ ਸਕੇ। ਇਸ ਵਿਸ਼ੇ 'ਤੇ ਇਹ ਸਾਡੀ ਪਹਿਲੀ ਕੋਸ਼ਿਸ਼ ਸੀਗੀ ਅਤੇ ਅਜੇ ਇਹਨਾਂ ਨੂੰ ਰਿਕੁਐਸਟ ਕੀਤੀ ਜਾ ਰਹੀ ਹੈ ਅਤੇ ਇਹਨਾਂ ਨੂੰ 2 ਦਿਨਾਂ ਬਾਅਦ ਅਸੀਂ ਮੁੜ ਕੇ IPC ਦੀਆਂ ਧਾਰਾ ਦੇ ਤਹਿਤ ਕਾਰਵਾਈ ਜ਼ਰੂਰ ਕਰਾਂਗੇ, ਐਨਕਰੋਚਮੈਂਟ ਦੇ ਪਰਚੇ ਜ਼ਰੂਰ ਰਜਿਸਟਰ ਕਰਾਂਗੇ। ਇਹਨਾਂ ਨੂੰ ਸਿਰਫ ਸਾਡੇ ਵੱਲੋਂ ਇਹੀ ਹੈ ਕਿ ਲੋਕਾਂ ਨੂੰ ਸਮੂਥ ਅਤੇ ਵਧੀਆ ਪੈਸੇਜ ਮਿਲੇ ਤਾਂ ਕਿ ਉਹ ਆਪਣੀ ਖਰੀਦਦਾਰੀ ਬਿਨਾਂ ਕਿਸੇ ਰੋਕ ਟੋਕ ਦੇ ਕਰ ਸਕਣ। ਇਹਦੇ 'ਚ ਇੱਕ ਚੀਜ਼ ਹੈਗੀ ਹੈ ਕਿ ਐਮੀਕੇਬਲ ਸੈਟਲਮੈਂਟ ਹਰੇਕ ਚੀਜ਼ ਦੀ ਹੁੰਦੀ ਹੈ, ਐਮੀਕੇਬਲ ਹੀ ਹੱਲ ਹਰੇਕ ਚੀਜ਼ ਦਾ ਕੱਢਿਆ ਜਾ ਸਕਦਾ ਹੈ, ਕਿਉਂਕਿ ਦੁਕਾਨਦਾਰ ਐਸੋਸੀਏਸ਼ਨ ਨੂੰ ਇਨਵੋਲਵ ਕਰਨਾ ਇਸੇ ਕਰਕੇ ਅਸੀਂ ਜ਼ਰੂਰੀ ਸਮਝਿਆ ਕਿ ਉਹਨਾਂ ਦਾ ਇਹਦੇ ਵਿੱਚ ਹਿੱਤ ਇਨਵੋਲਵ ਹੈਗਾ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਵੀ ਨਾ ਹੋਵੇ ਅਤੇ ਜਿਹੜੇ ਰੇਹੜੀਆਂ ਵਾਲੇ ਹੈਗੇ ਨੇ, ਰੇਹੜੀ ਦਾ ਮਤਲਬ ਹੈ ਰਿੜਦੀ ਰਹੇ, ਪਰ ਰਿੜਨ ਦੀ ਬਜਾਏ ਉਹਨਾਂ ਨੇ ਪਰਮਾਨੈਂਟ ਉੱਤੇ ਛਤਰੀਆਂ ਲਾ ਕੇ ਖੜੀਆਂ ਕੀਤੀਆਂ ਨੇ। ਅਤੇ ਇਹ ਮੇਰੀ ਕੋਸ਼ਿਸ਼ ਇਹ ਰਹੇਗੀ ਕਿ ਉਹ ਚੱਲਦੇ ਫਿਰਦੇ ਆਪਣਾ ਜਿਹੜਾ ਹੈਗਾ ਸਮਾਨ ਵੇਚਣ, ਵੈਂਡਿੰਗ ਕਰਨ, ਇਹਦੀ ਬਜਾਏ ਕਿ ਇੱਕ ਜਗ੍ਹਾ 'ਤੇ ਖੜ੍ਹੇ ਹੋ ਕੇ ਉਹਨੂੰ ਐਨਕਰੋਚਮੈਂਟ ਦਾ ਹਿੱਸਾ ਬਣਨ।